ਕੀ ਨਾਮ ਹੈ ਤੁਹਾਡਾ, ਕੀ ਗੱਲਬਾਤ ਹੋਈ ਆ? ਭਾਈ ਪ੍ਰਿੰਸ ਆ। ਕੀ ਹੋਇਆ? ਇਹ ਰੋਡ ਭਾਈ ਹੁਣੇ ਮੈਂ ਵੀ ਆਇਆ ਪਹਿਲੋਂ 15 ਮਿੰਟ ਪਹਿਲੋਂ, ਤਾਂ ਰੋਡ 'ਤੇ ਇੱਕ ਭਾਈ ਉੱਪਰ ਲੰਘ ਰਹੇ ਸੀ, ਉਹਦਾ ਵੀ ਇੱਥੋਂ ਅੰਦਰ ਅੰਦਰ ਬਾਹਰ ਨਿਕਲ ਗਿਆ ਹੋਈ ਆ ਵਾ, ਤਾਂ ਭਾਈ ਇੱਕ ਥੱਲੇ ਡਿੱਗੇ ਹੋਏ, ਉਹਨਾਂ ਦੀ ਵੀ ਅੰਦਰ ਨਿਕਲ ਗਿਆ, ਠੀਕ ਹੈ, ਪਾਰ ਟੁੱਟ ਗਏ ਸਹੀ। ਹਾਂ, ਕਿੰਨੇ ਕੁ ਜਾਣੇ ਸੀ? ਇਹ 2 ਜਣੇ ਸੀ ਭਾਜੀ। ਕਾਹਦੇ 'ਤੇ ਸੀਗੇ? ਇਹ ਬਾਈਕ 'ਤੇ ਸੀ। ਇਹ ਮਤਲਬ ਇਹ ਕਾਹਦੇ ਨਾਲ ਫੇਡ ਹੋਇਆ ਇਹਨਾਂ ਦਾ? ਇਹ ਭਾਜੀ ਪੱਕਾ ਨਹੀਂ ਪਤਾ ਕਾਹਤੇ ਹੋਇਆ ਵਾ, ਕਿੱਦਾਂ ਹੋਇਆ ਵਾ, ਹਜੇ ਕੋਈ ਨਹੀਂ ਆ ਪਤਾ ਪ੍ਰੋਪਰ। ਓਕੇ, ਤਾਂ ਮੇਰਾ ਵੀਰ ਚੱਕ ਕੇ ਲੈ ਗਏ ਹੁਣ ਮੁਲਾਜ਼ਮ 15 ਮਿੰਟ ਹੋ ਗਏ। ਕਿੰਨਿਆਂ ਦੀ ਡੈਥ ਹੋਈ ਆ? 2 ਜਣਿਆਂ ਦੀ ਭਾਜੀ। 2 ਜਣਿਆਂ ਦੀ ਡੈਥ ਹੋਈ ਆ। ਕਿੱਥੇ ਦੇ ਰਹਿਣ ਵਾਲੇ ਸੀ? ਇਹ ਅੰਮ੍ਰਿਤਸਰ ਦੇ। ਕਿੰਨਾ ਕੁ ਲੱਗਦਾ ਅੰਦਾਜ਼ਾ, ਉਮਰ ਕਿੰਨੀ ਕੁ ਹੋਈ ਉਹਨਾਂ ਦੀ? ਉਮਰ ਭਾਜੀ ਮੇਰੇ ਹਿਸਾਬ ਨਾਲ 35 ਦੇ ਲਾਗੇ ਲੱਗਦਾ ਵਾ, 33 ਸਾਲ ਦਾ ਲੱਗਦਾ। ਜਿਹੜਾ ਨੀਚੇ ਡਿੱਗਿਆ ਜੀ, ਜਿਹੜਾ ਨੀਚੇ ਡਿੱਗਿਆ, ਤੇ ਜਿਹੜਾ ਉੱਪਰ ਜਿਹੜਾ ਇੱਥੇ ਸੀਗਾ ਗੁਰਪ੍ਰੀਤ ਸਿੰਘ ਪੁੱਤਰ ਗੁੰਮਣ ਸਿੰਘ ਉੱਚੋਕੇ ਕਲਾਂ, ਉੱਚੋਕੇ ਕਲਾਂ ਅੰਮ੍ਰਿਤਸਰ। ਜਿਹੜਾ ਦੂਸਰਾ ਹੈਗਾ, ਅਸੀਂ ਫਿਲਹਾਲ ਜਿਹੜਾ ਹੈਗਾ ਇਸ ਟਾਈਮ 'ਤੇ ਸਾਡੀ ਜਿਹੜਾ ਵੀ ਹੈਗਾ ਡੈਡ ਬੋਡੀ ਸਾਈਕਲ ਨੇ, ਉਹਨਾਂ ਨੂੰ ਚੱਕ ਕੇ ਉਹਨਾਂ ਨੂੰ ਸਿਵਲ ਹੋਸਪਿਟਲ ਜਿਹੜਾ ਹੈਗਾ ਭੇਜਣ ਦੀ ਦੇਖ ਰਹੇ ਹਾਂ, ਅਤੇ ਮੌਕਾ ਪ੍ਰਜ਼ਰਵ ਕਰ ਰਹੇ ਹਾਂ, ਅਤੇ ਜਿਹੜਾ ਹੈਗਾ ਇਹ ਬਾਅਦ ਦੇ ਵਿੱਚ ਸਾਰੀ ਪ੍ਰੈਸ ਅਪਡੇਟ ਕਰ ਦਿੰਦੇ। ਸਰ ਦੂਸਰੇ ਦੀ ਆਈਡੈਂਟੀ ਦਾ ਜੋ ਸ਼ਾਇਦ ਪਤਾ ਲੱਗਦਾ, ਤਾਂ ਤੁਹਾਡੇ ਕੋਲ ਕਹਿੰਦੇ ਆਧਾਰ ਕਾਰਡ ਫੜਾਇਆ ਜੀ, ਦੂਸਰੇ ਹੈਗੇ ਪਤਾ ਕਰਨਾ ਪੈਣਾ, ਮੈਂ ਤੁਹਾਨੂੰ ਪਤਾ ਕਰ ਸਕਦਾ। ਮੈਂ ਤੁਹਾਨੂੰ ਦੁਬਾਰਾ ਅਪਡੇਟ ਕਰ। ਦੋਨਾਂ ਦੀ ਸਰ ਡੈਥ ਹੋ ਗਈ ਹੈ ਮੁੰਡਿਆਂ ਦੀ? ਹਾਂਜੀ ਹਾਂਜੀ, ਕਲੀਅਰ ਤੋਂ ਦਾ ਫਸਟ ਸਾਈਡ ਤੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਆਪਣਾ ਸ਼ੁਭ ਨਾਮ? ਮੇਰਾ ਨਾਮ ਮਨਦੀਪ ਸਿੰਘ ਹੈ ਜੀ, ਜ਼ਿਲ੍ਹਾ ਗੁਰਦਾਸਪੁਰ ਪਿੰਡ ਹਰਚੋਆਲਾ ਜੀ। ਮੈਂ ਜਿਹੜਾ ਇਹ ਹਾਦਸਾ ਹੋਇਆ ਕਿੱਦਾਂ ਹੋਇਆ? ਮੈਂ ਰਾਤ ਜਲੰਧਰ ਤੋਂ ਆ ਰਿਹਾ ਸੀ, ਲੁਧਿਆਣੇ ਜਾਣਾ ਸੀ, ਗੱਡੀ ਮੇਰੀ ਲੋਡ ਸੀ, ਮੈਂ ਲੁਧਿਆਣੇ ਖਾਲੀ ਕਰਨੀ ਸੀ ਜਾ ਕੇ। ਅੱਛਾ, ਠੀਕ ਹੈ ਜੀ। ਮੈਂ ਇੱਥੇ ਥੋੜ੍ਹੀ ਦੇਰ ਰੁਕ ਕੇ ਕਿੱਲਾ ਕੇ ਪਿੱਛੇ ਚਾਹ ਪੀਤੀ ਆ, ਟਾਇਰ ਠੰਡੇ ਕੀਤੇ ਆ, ਘੰਟੇ ਬਾਅਦ ਮੈਂ ਚੱਲਣ ਲੱਗਾ। ਜਦ ਮੈਂ ਦੂਸਰੀ ਲਾਈਨ 'ਚ ਗੱਡੀ ਆ, ਪਰਲੀ ਲਾਈਨ ਮੈਂ ਖਾਲੀ ਛੱਡੀ, ਕੋਈ ਓਵਰਟੇਕ ਕਰਨੀ ਚਾਹੋ ਤਾਂ ਕਰ ਲਊਗਾ। ਉਨੀ ਦੇਰ ਤੱਕ ਪਿੱਛੋਂ ਗੱਡੀ ਵਾਹਵਾ ਫਾਸਟ ਆਈ ਆ, ਤੇਜ਼, ਉਹਨੇ ਲਿਆ ਕੇ ਮੇਰੇ ਵਿੱਚ ਮਾਰ ਦਿੱਤੀ ਹੈ ਗੱਡੀ। ਠੀਕ ਹੈ ਜੀ, ਮੇਰੀ ਗੱਡੀ ਵਿੱਚ ਵੱਜੀ, ਮੇਰੀ ਗੱਡੀ ਓਵਰ ਕੰਟਰੋਲ ਹੋ ਗਈ ਆ, ਲੋਡ ਗੱਡੀ ਸੀ, ਗੱਡੀ ਫੁੱਟਪਾਲੀ ਵਾਲੇ ਰੋਡ 'ਤੇ ਆ ਗਈ, ਥੱਲੇ ਆ ਗਈ। ਹਾਂਜੀ, ਗੱਡੀ ਉੱਤਰ ਕੇ ਥੱਲੇ ਆ ਗਈ ਆ, ਦੋਨੇ ਟਾਇਰ ਲੱਥ ਗਿਆ, ਮਾੜੀ ਮੋਟੀ ਸੱਟ ਲੱਗੀ ਆ। ਗੱਡੀ ਦਾ ਤਾਂ ਕਾਫੀ ਨੁਕਸਾਨ ਆਈ, 40-50 ਹਜ਼ਾਰ ਦਾ ਨੁਕਸਾਨ ਤਾਂ ਗੱਡੀ ਦਾ ਹੈਗਾ ਹੀ ਆ, ਅਤੇ ਬਾਕੀ ਸਿਰ 'ਚ ਸੱਟ ਲੱਗੀ ਆ, ਅਤੇ ਆਹ ਮਾੜੀ ਦੱਬ ਲੱਗੀ ਆ ਇੱਕ। ਬਾਕੀ ਹੈ ਕਿ ਮਹਾਰਾਜ ਜਾਨ ਬਚਾ ਗਿਆ, ਉਹਦੀ ਵੀ ਬਖਸ਼ ਗਈ ਆ, ਮਹਾਰਾਜ ਨੇ ਮੇਰੀ ਵੀ ਜਾਨ ਬਖਸ਼ ਗਈ ਆ, ਚਲੋ ਜਾਨ ਮਾਨ ਦਾ ਨੁਕਸਾਨ ਨਹੀਂ ਹੋਇਆ। ਹਾਂਜੀ, ਬਾਕੀ ਆਪਣਾ ਰਾਜੀਨਾਮਾ ਹੋ ਗਿਆ ਉਹਨਾਂ? ਹਾਂਜੀ, ਰਾਜੀਨਾਮਾ ਹੋ ਗਿਆ, ਉਹ ਕਹਿੰਦੇ ਅਸੀਂ ਆਪਣੀ ਗੱਡੀ ਦਾ ਕੰਮ ਕਰਾ ਲੈਂਦੇ, ਤੁਸੀਂ ਆਪਣੀ ਨਾ ਕਰਾਓ। ਹਾਂਜੀ, ਚਲੋ ਜਾਨ ਬਚ ਗਈ ਆ, ਲੋਹਾ ਤਾਂ ਸਿੱਧਾ ਹੋ ਜੂਗਾ। ਕੀ ਨਾਮ ਹੈ ਤੁਹਾਡਾ, ਕੀ ਗੱਲਬਾਤ ਹੋਈ ਆ? ਭਾਈ ਪ੍ਰਿੰਸ ਆ। ਕੀ ਹੋਇਆ? ਇਹ ਭਾਈ ਹੁਣੇ ਮੈਂ ਵੀ ਆਇਆ ਪਹਿਲੋਂ 15 ਮਿੰਟ ਪਹਿਲੋਂ, ਤਾਂ ਰੋਡ 'ਤੇ ਇੱਕ ਭਾਈ ਉੱਪਰ ਲੰਘ ਰਹੇ ਸੀ, ਉਹਦਾ ਵੀ ਇੱਥੋਂ ਅੰਦਰ ਅੰਦਰ ਬਾਹਰ ਨਿਕਲ ਗਿਆ ਹੋਈ ਆ ਵਾ, ਤਾਂ ਭਾਈ ਇੱਕ ਥੱਲੇ ਡਿੱਗੇ ਹੋਏ, ਉਹਨਾਂ ਦੀ ਵੀ ਅੰਦਰ ਨਿਕਲ ਗਿਆ, ਠੀਕ ਹੈ, ਪਾਰਟ ਟੁੱਟ ਗਏ ਸਹੀ। ਹਾਂ, ਕਿੰਨੇ ਕੁ ਜਾਣੇ ਸੀ? ਇਹ 2 ਜਣੇ ਸੀ ਭਾਜੀ। ਕਾਹਦੇ 'ਤੇ ਸੀਗੇ? ਇਹ ਬਾਈਕ 'ਤੇ ਸੀ। ਇਹ ਮਤਲਬ ਇਹ ਕਾਹਦੇ ਨਾਲ ਫੇਡ ਹੋਇਆ ਇਹਨਾਂ ਦਾ? ਇਹ ਭਾਜੀ ਪੱਕਾ ਨਹੀਂ ਪਤਾ ਕਾਹਤੇ ਹੋਇਆ ਵਾ, ਕਿੱਦਾਂ ਹੋਇਆ ਵਾ, ਹਜੇ ਕੋਈ ਨਹੀਂ ਆ ਪਤਾ ਪ੍ਰੋਪਰ। ਓਕੇ, ਠੀਕ ਆ, ਤਾਂ ਮੇਰਾ ਵੀਰ ਚੱਕ ਕੇ ਲੈ ਗਏ ਹੁਣ ਮੁਲਾਜ਼ਮ 15 ਮਿੰਟ ਹੋ ਗਏ। ਕਿੰਨਿਆਂ ਦੀ ਡੈਥ ਹੋਈ ਆ? 2 ਜਣਿਆਂ ਦੀ ਭਾਜੀ। 2 ਜਣਿਆਂ ਦੀ ਡੈਥ ਹੋਈ ਆ। ਕਿੱਥੇ ਦੇ ਰਹਿਣ ਵਾਲੇ ਸੀ? ਇਹ ਅੰਮ੍ਰਿਤਸਰ ਦੇ। ਕਿੰਨਾ ਕੁ ਲੱਗਦਾ ਅੰਦਾਜ਼ਾ, ਉਮਰ ਕਿੰਨੀ ਕੁ ਹੋਈ ਉਹਨਾਂ ਦੀ? ਉਮਰ ਭਾਜੀ ਮੇਰੇ ਹਿਸਾਬ ਨਾਲ 35 ਦੇ ਲਾਗੇ ਲੱਗਦਾ ਵਾ, 33 ਸਾਲ ਦਾ ਲੱਗਦਾ। ਜਿਹੜਾ ਨੀਚੇ ਡਿੱਗਿਆ ਜੀ, ਜਿਹੜਾ ਨੀਚੇ ਡਿੱਗਿਆ, ਤੇ ਜਿਹੜਾ ਉੱਪਰ ਜਿਹੜਾ ਇੱਥੇ ਸੀਗਾ ਗੁਰਪ੍ਰੀਤ ਸਿੰਘ ਪੁੱਤਰ ਗੁੰਮਣ ਸਿੰਘ ਉੱਚੋਕੇ ਕਲਾਂ, ਉੱਚੋਕੇ ਕਲਾਂ ਅੰਮ੍ਰਿਤਸਰ। ਜਿਹੜਾ ਦੂਸਰਾ ਹੈਗਾ, ਅਸੀਂ ਫਿਲਹਾਲ ਜਿਹੜਾ ਹੈਗਾ ਇਸ ਟਾਈਮ 'ਤੇ ਸਾਡੀ ਜਿਹੜਾ ਵੀ ਹੈਗਾ ਡੈਡ ਬੋਡੀ ਸਾਈਕਲ ਨੇ, ਉਹਨਾਂ ਨੂੰ ਚੱਕ ਕੇ ਉਹਨਾਂ ਨੂੰ ਸਿਵਲ ਹੋਸਪਿਟਲ ਜਿਹੜਾ ਹੈਗਾ ਭੇਜਣ ਦੀ ਦੇਖ ਰਹੇ ਹਾਂ, ਅਤੇ ਮੌਕਾ ਪ੍ਰਜ਼ਰਵ ਕਰ ਰਹੇ ਹਾਂ, ਅਤੇ ਜਿਹੜਾ ਹੈਗਾ ਇਹ ਬਾਅਦ ਦੇ ਵਿੱਚ ਸਾਰੀ ਪ੍ਰੈਸ ਅਪਡੇਟ ਕਰ ਦਿੰਦੇ। ਸਰ ਦੂਸਰੇ ਦੀ ਆਈਡੈਂਟੀ ਦਾ ਜੋ ਸ਼ਾਇਦ ਪਤਾ ਲੱਗਦਾ, ਤਾਂ ਤੁਹਾਡੇ ਕੋਲ ਕਹਿੰਦੇ ਆਧਾਰ ਕਾਰਡ ਫੜਾਇਆ ਜੀ, ਦੂਸਰੇ ਹੈਗੇ ਪਤਾ ਕਰਨਾ ਪੈਣਾ, ਮੈਂ ਤੁਹਾਨੂੰ ਪਤਾ ਕਰ ਸਕਦਾ। ਮੈਂ ਤੁਹਾਨੂੰ ਦੁਬਾਰਾ ਦੋਨਾਂ ਦੀ ਸਰ ਡੈਥ ਹੋ ਗਈ ਹੈ ਮੁੰਡਿਆਂ ਦੀ? ਹਾਂਜੀ ਹਾਂਜੀ, ਕਲੀਅਰ ਤੋਂ ਦਾ ਫਸਟ ਸਾਈਡ ਤੇ।
ਸਤਿਗੁਰੂ ਭਾਜੀ। ਸਤਿਗੁਰੂ ਜੀ। ਹਾਂਜੀ ਭਾਜੀ, ਆਪਣਾ ਸ਼ੁਭ ਨਾਮ? ਮੇਰਾ ਨਾਮ ਮਨਦੀਪ ਸਿੰਘ ਹੈ ਜੀ, ਜ਼ਿਲ੍ਹਾ ਗੁਰਦਾਸਪੁਰ ਪਿੰਡ ਹਰਚੋਵਾਲਾ ਜੀ। ਮੈਂ ਜਿਹੜਾ ਇਹ ਹਾਦਸਾ ਹੋਇਆ ਕਿੱਦਾਂ ਹੋਇਆ ਜੀ? ਮੈਂ ਰਾਤ ਜਲੰਧਰ ਤੋਂ ਆ ਰਿਹਾ ਸੀ, ਲੁਧਿਆਣੇ ਜਾਣਾ ਸੀ, ਗੱਡੀ ਮੇਰੀ ਲੋਡ ਸੀ, ਮੈਂ ਲੁਧਿਆਣੇ ਖਾਲੀ ਕਰਨੀ ਸੀ ਜਾ ਕੇ। ਅੱਛਾ, ਠੀਕ ਹੈ ਜੀ। ਮੈਂ ਇੱਥੇ ਥੋੜ੍ਹੀ ਦੇਰ ਰੁਕ ਕੇ ਕਿੱਲਾ ਕੁ ਪਿੱਛੇ ਚਾਹ ਪੀਤੀ ਆ, ਟਾਇਰ ਠੰਡੇ ਕੀਤੇ ਆ, ਘੰਟੇ ਬਾਅਦ ਮੈਂ ਚੱਲਣ ਲੱਗਾ। ਜਦ ਮੈਂ ਦੂਸਰੀ ਲਾਈਨ 'ਚ ਗੱਡੀ ਕਾਢੀ ਆ, ਪਰਲੀ ਲਾਈਨ ਮੈਂ ਖਾਲੀ ਛੱਡੀ, ਕੋਈ ਓਵਰਟੇਕ ਕਰਨੀ ਚਾਹੋ ਤਾਂ ਕਰ ਲਊਗਾ। ਉਨੀ ਦੇਰ ਤੱਕ ਪਿੱਛੋਂ ਗੱਡੀ ਵਾਹਵਾ ਫਾਸਟ ਆਈ ਆ, ਤੇਜ਼, ਉਹਨੇ ਲਿਆ ਕੇ ਮੇਰੇ ਵਿੱਚ ਮਾਰ ਦਿੱਤੀ ਹੈ ਗੱਡੀ। ਠੀਕ ਹੈ ਜੀ। ਮੇਰੀ ਗੱਡੀ ਵਿੱਚ ਵੱਜੀ, ਮੇਰੀ ਗੱਡੀ ਓਵਰ ਕੰਟਰੋਲ ਹੋ ਗਈ ਆ, ਲੋਡ ਗੱਡੀ ਸੀ, ਗੱਡੀ ਫੁੱਟਪਾਲੀ ਵਾਲੇ ਰੋਡ 'ਤੇ ਆ ਗਈ, ਥੱਲੇ ਆ ਗਈ। ਹਾਂਜੀ, ਗੱਡੀ ਉੱਤਰ ਕੇ ਥੱਲੇ ਆ ਗਈ ਆ, ਦੋਨੇ ਟਾਇਰ ਲੱਥ ਗਿਆ, ਮਾੜੀ ਮੋਟੀ ਸੱਟ ਲੱਗੀ ਆ। ਗੱਡੀ ਦਾ ਤਾਂ ਕਾਫੀ ਨੁਕਸਾਨ ਆ ਜੀ, 40-50 ਹਜ਼ਾਰ ਦਾ ਨੁਕਸਾਨ ਤਾਂ ਗੱਡੀ ਦਾ ਹੈਗਾ ਹੀ ਆ, ਅਤੇ ਬਾਕੀ ਸਿਰ 'ਚ ਸੱਟ ਲੱਗੀ ਆ, ਅਤੇ ਆ ਮਾੜੀ ਦੱਬ ਲੱਗੀ ਆ ਇੱਥੋਂ ਦਾ। ਬਾਕੀ ਹੈ ਕਿ ਮਹਾਰਾਜ ਜਾਨ ਬਚਾ ਗਿਆ, ਉਹਦੀ ਵੀ ਬਖਸ਼ਤੀ ਆ, ਮਹਾਰਾਜ ਨੇ ਮੇਰੀ ਵੀ ਜਾਨ ਬਖਸ਼ਤੀ ਆ, ਚਲੋ ਜਾਨ ਮਾਨ ਦਾ ਨੁਕਸਾਨ ਨਹੀਂ ਹੋਇਆ। ਹਾਂਜੀ, ਬਾਕੀ ਆਪਣਾ ਰਾਜੀਨਾਮਾ ਹੋ ਗਿਆ ਉਹਨਾਂ? ਹਾਂਜੀ, ਰਾਜੀਨਾਮਾ ਹੋ ਗਿਆ, ਉਹ ਕਹਿੰਦੇ ਅਸੀਂ ਆਪਣੀ ਗੱਡੀ ਦਾ ਕੰਮ ਕਰਾ ਲੈਂਦੇ, ਤੁਸੀਂ ਆਪਣੀ ਨਾ ਕਰਾਓ। ਹਾਂਜੀ, ਚਲੋ ਜਾਨ ਬਚ ਗਈ ਆ, ਲੋਹਾ ਤਾਂ ਸਿੱਧਾ ਹੋ ਜਾਊਗਾ। ਥੈਂਕ ਯੂ।